1699 ਦੀ ਵਿਸਾਖੀ ਨੇ ਜੋ ਸਾਰਾ ਦਿਨ ਅੱਖੀਂ ਵੇਖਿਆ ਉਸ ਨੂੰ ਸ਼ਾਮ ਵੇਲੇ ਚੇਤੇ ਕਰਦੀ ਹੋਈ ਰੋਜ਼ ਵਾਂਗ ਜਾਂ ਨਵਾਂ ਦਿਨ ਚੜਿਆ ਤਿਥ ਬਦਲੀ ਤੇ ਅੱਖਾਂ ਖੋਲੀਆਂ ਮੈਂ ਪੰਛੀ ਆਪੋ ਆਪਣੇ ਸੁਰ ਕੱਢਣ ਸਮਝਾਂ ਉਹਨਾਂ ਦੀਆਂ ਪਿਆਰੀਆਂ ਬੋਲੀਆਂ ਮੈਂ ਕੋਇਲੇ ਅੰਬਦੇ ਟਾਣੀ ਤੇ ਕੂਕ ਰਹੀ ਸੀ ਬੁਲਬੁਲ ਗਾਵੇ ਗੁਲਾਬ ਦੇ ਕੋਲ ਬੈਠੀ ਪਿੰਡ ਤੱਕੇ ਤਾਂ ਸਭ ਥਾਂ ਦਿਸ ਪਈ ਕੋਈ ਸੁਹਾਣੀ ਵੀ ਚਾਟੀ ਦੇ ਕੋਲ ਬੈਠੀ ਸੋਨ ਰੰਗੀਆਂ ਕਣਕਾਂ ਝੂਮ ਰਹੀਆਂ ਵੇਖ ਵੇਖ ਜੱਟ ਖੀਵਾ ਹੋਈ ਜਾਵੇ ਆਉਣੀ ਫਸਲ ਤੇ ਇਸ ਦਾ ਕੀ ਕਰਨਾ ਬੈਠਾ ਸੱਦਰਾਂ ਹਾਰ ਪਰੋਈ ਜਾਵੇ ਬੱਚੇ ਖੁਸ਼ ਸੰ ਮੇਲੇ ਜਾਵਣਾ ਏ ਘਰ ਹੋਰ ਵੀ ਕਿੰਨਾ ਸਾਮਾਨ ਬਣਨਾ ਬਸ ਖਾਣ ਦੀਆਂ ਡੰਗਾਂ ਲਾਣੀਆਂ ਨੇ ਕੋਈ ਕੰਮ ਨਹੀਂ ਅੱਜ ਹੋਰ ਕਰਨਾ ਜਾਂਪੁਰਿਆ ਆਨੰਦਨੂ ਵੇਖਿਆ ਮੈਂ ਕੱਠ ਲੋਕਾਂ ਦਾ ਅਪਰਿਅਪਾਰ ਦਿਸੇ ਬੜੇ ਗਉ ਨਾਲ ਤੱਕਿਆ ਸਭ ਪਾਸੇ ਮੇਲੇ ਵਾਲਾ ਨਾ ਇੱਥੇ ਕੋਈ ਯਾਰ ਦਿਸੇ ਮੈਂ ਵੀ ਸੋਚਿਆ ਚਲੋ ਮੈਂ ਸੋਣ ਆਵਾਂ ਲੋਕ ਕੀ ਕੁਝ ਕਹਿ ਕਹਾਰ ਰਹੇ ਨੇ ਕੋਈ ਕੰਮ ਦੀ ਗੱਲ ਵੀ ਕਰ ਰਹੇ ਨੇ ਜਾ ਐਵੇਂ ਕਾਮਾ ਰੌਲੀ ਪਾਰਹੇ ਨੇ ਇੱਕ ਆਖ ਦਾ ਧਰਮ ਆ ਦੱਸ ਤਾਂ ਸਹੀ ਗੁਰਾਂ ਕਿਸ ਕੰਮ ਸਾਨੂੰ ਬੋਲਾ ਆਏ ਮੈਨੂੰ ਲੱਗਦਾ ਅੱਜ ਤਾਂ ਇਹ ਥਾਂ ਤੇ ਸਾਰਾ ਮੁਲਕ ਹੀ ਚੱਲ ਕੇ ਆਇਆ ਧਰਮਾਂ ਬੋਲਿਆ ਮੈਨੂੰ ਇਹ ਪਤਾ ਕੁਝ ਨਹੀਂ ਚਲੋ ਵਿੱਚ ਦਰਬਾਰ ਦੇ ਚੱਲਦੇ ਹਾਂ ਗੁਰੂ ਕਹਿਣ ਜੋ ਅਸੀਂ ਵੀ ਸੁਣ ਲਈਏ ਨੇੜੇ ਤਖਤ ਦੇ ਜਗ੍ਹਾ ਕੋਈ ਮੱਲਦੇ ਹਾਂ ਨਿਕਲ ਤੰਬੂ ਗੁਰੂ ਜੀ ਬਾਰੇ ਆਏ ਹੱਥ ਤੇਗ ਨੰਗੀ ਮਥੇ ਤੇਜ ਧਗਦਾ ਗੁਰਾਂ ਵੱਲ ਜਦ ਸਬਨਾ ਨੇ ਗਾ ਕੀਤੀ ਵੇਖਣ ਚਿਹਰੇ ਤੇ ਸੁਹਾਦਰਿਆ ਵਗਦਾ ਫਤੇਕਾਰ ਸੰਧੀ ਕਿਹਾ ਗੁਰੂ ਜੀ ਨੇ ਸਿੱਖੋ ਜ਼ੁਲਮ ਦੀ ਕਾਂਗ ਚੜ੍ਹ ਆ ਰਹੀ ਏ ਏ ਪੁੱਤਰੇ ਪਸ਼ੂ ਦੇ ਵਾਂਗ ਹੋਈ ਬੇਦੋਸ਼ ਮਜ਼ਲੂਮੇ ਖਾ ਰਹੀ ਏ ਜੇ ਕਰ ਇਸ ਨੂੰ ਕਿਸੇ ਨਾ ਨੱਥ ਪਾਈ ਇਹਨੇ ਧਰਮ ਦਾ ਰੁੱਖ ਮਰੁੰਡ ਜਾਣਾ ਫਾਲ ਫੁੱਲ ਪੱਤੇ ਨੇ ਖਾ ਜਾਣੇ ਬਾਕੀ ਬਚਿਆ ਮੁਲਕ ਰਹਿ ਟੁੰਡ ਜਾਣਾ ਇਹ ਤਲਵਾਰ ਹੀ ਇਹਨੂੰ ਬਚਾ ਸਕਦੀ ਅਸਾਂ ਇਸ ਦੇ ਨਾਲ ਵਿਚਾਰ ਕੀਤੀ ਨੱਕ ਜ਼ੁਲਮ ਦਾ ਇਸ ਨੇ ਵਢਣੇ ਲਈ ਪਹਿਲਾਂ ਆਪ ਹੈ ਸਿਰ ਦੀ ਮੰਗ ਕੀਤੀ ਉਠੋ ਸੂਰਮਾ ਕੋਈ ਕਰੋ ਮੰਗ ਪੂਰੀ ਨੱਕਾ ਜ਼ੁਲਮ ਦੇ ਹਾੜ ਤੇ ਲਾਉਣੇ ਲਈ ਪਹਿਲਾਂ ਤਲੀ ਤੇ ਸਿਰ ਤਾਂ ਰੱਖ ਲਈਏ ਫੇਰ ਲੜਾਂਗੇ ਧਰਮ ਬਚਾਵਣੇ ਲਈ ਗੁਰਾਂ ਮੰਗ ਕੀਤੀ ਸਾਰੇ ਚੁੱਪ ਛਾਈ ਪਰਿਆ ਪੰਡਾਲ ਜਾਪੇ ਪਾਂ ਪਾਂ ਕਰਦਾ ਧਰਮੇ ਰੁੱਖ ਸੜ ਰਿਹਾ ਦੋ ਪੈਰ ਤਿੱਖੀ ਵੇਖੋ ਕੌਣ ਹੈ ਸਿਰ ਦੀ ਸ਼ਾਂ ਕਰਦਾ ਘੜੀ ਲੰਗੀ ਤਾਂ ਸਿੱਖ ਇੱਕ ਖੜਾ ਹੋਇਆ ਉਹਨੂੰ ਤੰਬੂ ਵਿੱਚ ਗੁਰੂ ਲੈ ਜਾਂਦੇ ਨੇ ਲਹੂ ਨੁੱਚੜਦੀ ਹੱਥ ਤਲਵਾਰ ਲੈ ਕੇ ਉਹਨੀ ਪਹਿਰੀ ਫਿਰ ਪਰਤ ਕੇ ਆਉਂਦੇ ਨੇ ਗੁਰਾਂ ਦੂਸਰੇ ਸਿਰ ਦੀ ਮੰਗ ਕੀਤੀ ਕਈ ਖਿਸਕੇ ਮੈਲਾਨੂ ਜਾਣ ਲੱਗੇ ਕਈ ਉੱਥੇ ਹੀ ਨੀਵੀਆਂ ਪਾਈ ਬੈਠੇ ਵਿੱਚ ਹੱਥਾਂ ਦੇ ਮੂੰਹ ਲੋਕਾਂ ਨੂੰ ਲੱਗੇ ਕਈ ਸੋਚਦੇ ਪਿਆਰਿਆਂ ਪੁੱਤਰਾਂ ਤੋਂ ਕਿਉਂ ਸਿੱਖਾਂ ਨੂੰ ਗੁਰੂ ਮੋਹ ਕਾ ਰਹੇ ਨੇ ਤੇਗਉ ਨਾਨੂ ਕਾਲੀ ਦੀ ਜੀਬ ਲੱਗੇ ਗੁਰੂ ਜਿਸ ਦੀ ਪਿਆਸ ਬੋਝਾ ਰਹੇ ਨੇ ਪੰਜ ਵਾਰ ਇੰਜ ਗੁਰਾਨੇ ਮੰਗ ਕੀਤੀ ਪੰਜ ਸਿੱਖ ਕੁਰਬਾਨੀ ਲਈ ਖੜੇ ਹੋਏ ਇਹੋ ਜਿਹਾ ਕੌਤਕ ਮੈਂ ਵੀ ਵੇਖਿਆ ਨਾ ਆਵੇਂ ਜਾ ਕੇ ਵਿੱਚ ਕੌਤਕ ਬੜੇ ਹੋਏ ਥੋੜਾ ਸਮਾ ਲੰਗਾ ਗੁਰੂ ਪੈ ਨਜ਼ਰੀ ਪੰਜੇ ਸਿੱਖ ਪਿੱਛੇ ਟੁਰੇ ਆਉਂਦੇ ਨੇ ਉਹਨਾ ਸਭਨਾ ਹਥਿਆਰ ਸਜਾਰਖੇ ਦਸਤਾਰੇ ਵੀ ਜ਼ਰੀ ਸੋਹ ਆਉਂਦੇ ਨੇ ਜਾਲ ਬਾਟੇ ਦੇ ਵਿੱਚ ਪਵਾ ਸਤਗੁਰ ਉਹਨੂੰ ਖੰਡੇ ਦੇ ਨਾਲ ਹਿਲਾਉਂਦੇ ਨੇ ਨੂਰ ਨੂਰ ਚਿਹਰਾ ਪਿਆ ਚਮਕ ਮਾਰੇ ਮੁਖੋਂ ਆਪਣੇ ਬਾਣੀ ਆਲਾਮ ਦੇ ਨੇ ਇਨ ਚਿਰ ਨੂੰ ਮਾਤਾ ਜੀ ਪਹੁੰਚ ਗਏ ਪਾਣੀ ਵਿੱਚ ਪਤਾਸੇ ਮੇ ਲਾਮਦੇ ਨੇ ਗੁਰਾਂ ਨਜ਼ਰ ਪਰ ਤੱਕਿਆ ਉਹਨਾਂ ਵੱਲੇ ਚਿਹਰੇ ਉੱਤੇ ਮੁਸਕਾਨ ਲੈ ਆਮਦੇ ਨੇ ਅੰਮ੍ਰਿਤ ਧਿਆਰ ਹੋਇਆ ਸਤ ਗੁਰੂ ਜੀ ਨੇ ਪੰਨਾ ਸਿੱਖਾਂ ਨੂੰ ਅੰਮ੍ਰਿਤ ਛਕਾ ਦਿੱਤਾ ਭਾਵੇਂ ਕੋਈ ਕਿਸੇ ਦੇਸ਼ ਭੇਖਦਾ ਸੀ ਸਭ ਨੂੰ ਖਾਲਸੇ ਸਿੰਘ ਬਣਾ ਦਿੱਤਾ ਫੇਰ ਪੰਜਾਂ ਨੂੰ ਗੁਰੂ ਜੀ ਆਪਕੇ ਹਾਂ ਮੈਨੂੰ ਖਾਲਸੇ ਵਿੱਚ ਰੜਾਓ ਸਿੰਘੋ ਪੇਧ ਗੁਰੂ ਤੇ ਚੇਲੇ ਦਾ ਮੇਟ ਦਈਏ ਤੁਸੀਂ ਮੈਨੂੰ ਵੀ ਅੰਮ੍ਰਿਤ ਛਕਾਓ ਸਿੰਘੋ ਸਾਰਾ ਦਿਨ ਹੀ ਅੰਮ੍ਰਿਤ ਦੀ ਹੋਈ ਵਰਖਾ ਚੜੀਆਂ ਲਾਲੀਆਂ ਸਭਨਾ ਚਿਹਰਿਆਂ ਤੇ ਗੁਰਾਂ ਸਾਬਨਾ ਤਾਂ ਸਮਝਾ ਦਿੱਤਾ ਜ਼ੁਲਮ ਰੁਕੇ ਨਾ ਅਥਰੂਕੇ ਰਿਆਂ ਤੇ ਚਿੜੀਆਂ ਬਾਜਾਂ ਦਾ ਰੂਪ ਧਾਰ ਲਿਆ ਜਿੱਦੜ ਸ਼ੇਰ ਬਣ ਭਾਵ ਕਾਂ ਮਾਰਦੇ ਨੇ ਮੇਰੇ ਮਨ ਨੂੰ ਇਹ ਯਕੀਨ ਹੋਇਆ ਉਨ੍ਹਾਂ ਸੂਰਮੇ ਜ਼ੁਲਮ ਤੋਂ ਹਾਰਦੇ ਨੇ ਜਦੋਂ ਆਪਣੇ ਬਾਰੇ ਸੋਚਿਆ ਮੈਂ ਮੇਰੀ ਛਾਤੀ ਵੀ ਇਮਾਨ ਦੇ ਨਾਲ ਤਣ ਗਈ ਪਹਿਲਾਂ ਰੁੱਤ ਦਾ ਇੱਕ ਤਿਉਹਾਰ ਸਾਂ ਮੈਂ ਹੁਣ ਖਾਲਸੇ ਦਾ ਜਨਮ ਦਿਨ ਬਣ ਗਈ